10 ਅਮਰ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਸਪੈਸ਼ਲ ਪ੍ਰੋਗਰਾਮ ਕਰਾਇਮ ਦੇ ਵਿੱਚ ਤੁਹਾਨੂੰ ਅਸੀਂ ਸਪੈਸ਼ਲ ਇੱਕ ਜਾਣਕਾਰੀ ਦੇਣ ਜਾ ਰਹੇ ਹਾਂ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲਿਆ ਆ ਕਿਹਨਾ ਉੱਪਰ ਐਕਸ਼ਨ ਲਿਆ ਆ ਜਿਹੜੇ ਕੀ ਜਾਲੀ ਦਸਤਾਵੇਜ਼ਾਂ ਤੇ SIM ਕਾਰਡ ਵੇਚਦੇ ਸੀ ਡਿਸਟ੍ਰੀਬਿਊਟਰ ਤੇ ਏਜੰਟਾਂ ਦੇ ਉੱਪਰ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਕਾਰਵਾਈ ਹੋਈ ਹੈ ਡੀਜੀਪੀ ਗੌਰਵ ਜੱਧਵਾਲੀ ਇੱਕ ਵੱਲੋਂ ਇੱਕ ਟੀਮ ਬਣਾਈ ਗਈ ਸੀ ਜਿਨ੍ਹਾਂ ਦੇ ਵੱਲੋਂ 52 ਐਫ ਆਈ ਆਰਾ ਦਰਜ ਕਰਕੇ 17 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ 1 ਲੱਖ ਤੋਂ ਵੱਧ ਜਿਹੜੇ ਕੀ SIM ਕਾਰਡ ਤੁਰੰਤ ਜੜ ਕੀ ਬਲੌਕ ਕੀਤੇ ਗਏ ਨੇ ਜਿਹੜੇ ਕਿ ਜਾਲੀ ਦਸਤਾਵੇਜ਼ਾਂ ਤੇ ਚੱਲਦੇ ਸੀ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦਾ ਹੈੱਡਕੁਆਟਰ ਸੈਕਟਰ 9 ਚੰਡੀਗੜ੍ਹ ਵਿਖੇ ਮੌਜੂਦ ਆ ਸੋ ਜਾਣਕਾਰੀ ਦੇ ਰਹੇ ਆ ਡੀਜੀਪੀ ਗੌਰਵਜਾਦ ਵੱਲੋਂ ਬੀਤੇ ਦਿਨੀ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਸੀ ਕਿ ਬਹੁਤ ਵੱਡਾ ਅੰਕੜਾ ਆ 1.8 ਲੱਖ ਤੋਂ ਵੱਧ ਜਿਹੜੇ ਕਿ SIM ਕਾਰਡ ਡੀਜੀਪੀ ਪੰਜਾਬ ਵੱਲੋਂ ਜਿਹੜੇ ਕਿ ਤੁਰੰਤ ਬੰਦ ਕੀਤੇ ਨੇ ਕਿਉਂ ਬੰਦ ਕੀਤੇ ਗਏ ਨੇ ਕਿਉਂਕਿ ਸ਼ਰਾਰਤੀ ਅੰਸਰ ਜਾਂ ਕੋਈ ਗੈਂਗਸਟਰ ਹੋਗੇ ਜਾਂ ਕੋਈ ਹੋਰ ਲੋਕ ਹੋਗੇ ਜਿਹੜੇ ਕਿ ਇਹਨਾਂ SIMਾਂ ਦੀ ਵਰਤੋਂ ਕਰਦੇ ਸੀ ਕਿਉਂਕਿ ਡਿਸਟ੍ਰੀਬਿਊਟਰ ਦੁਕਾਨਦਾਰਾਂ ਨਾਲ ਮਿਲ ਕੇ ਕੋਈ ਵੀ ਵਿਅਕਤੀ ਜਿਹੜਾ ਕਿ ਕਿਸੇ ਹੋਰ ਦੇ ਨਾਮ ਤੇ SIM ਕਾਰਡ ਲੈਂਦਾ ਸੀ ਤੇ ਜਿਸ ਤੋਂ ਬਾਅਦ ਘਟਨਾ ਨੂੰ ਅੰਜਾਮ ਦਿੰਦਾ ਸੀ ਜਾਂ ਹੋਰ ਕੋਈ ਵੀ ਵਾਰਦਾਤਾ ਉਹ ਬੰਦਾ ਉਹ SIM ਨੂੰ ਯੂਜ਼ ਕਰਕੇ ਕਰ ਸਕਦਾ ਆ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਬਹੁਤ ਵੱਡਾ ਐਕਸ਼ਨ ਲਿਆ ਦੱਸ ਦਈਏ ਕਿ ਜਿਹੜਾ ਕਿ ਦੱਸਣਯੋਗ ਹੈ ਪੰਜਾਬ ਪੁਲਿਸ ਨੇ ਅੰਦਰੂਨੀ ਜਿਹੜਾ ਕਿ ਸੁਰੱਖਿਆ ਵਿੰਗ ਹੈ ਉਹਦੇ ਵੱਲੋਂ ਦੂਰ ਸੰਚਾਰ ਵਿਭਾਗ ਡੀਓਟੀ ਦੇ ਸਹਿਯੋਗ ਦੇ ਨਾਲ ਪਛਾਣ ਅਤੇ ਜਾਲੀ ਸਬੂਤਾਂ ਦੇ ਆਧਾਰ ਤੇ SIM ਕਾਰਡ ਵੇਚਣ ਵਾਲਿਆਂ ਡਿਸਟ੍ਰੀਬਿਊਟਰ ਏਜੰਟਾਂ ਵਿਰੁੱਧ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਜ਼ਿਆਦਾਤਰ ਸਾਈਬਰ ਅਪਰਾਧ ਅਤੇ ਦੇਸ਼ ਵਿਰੋਧੀ ਕਾਰਵਾਈਆਂ ਨੂੰ ਜਾਲੀ ਦਸਤਾਵੇਜ਼ ਤੇ ਤੀਜੀ ਧਿਰ ਦੇ ਨਾਮਾ ਦੀ ਵਰਤੋਂ ਕਰਕੇ ਇਹ ਮੋਬਾਈਲ ਫੋਨ ਮੋਬਾਈਲ ਨੰਬਰਾਂ ਰਾਹੀਂ ਅੰਜਾਮ ਦਿੱਤਾ ਜਾਂਦਾ ਸੀ ਕਿਉਂਕਿ ਇਹ ਜਿਹੜੇ ਕਿ ਸਾਰੀ ਗੱਲਬਾਤ ਹੈ ਇਹ ਡੀਜੀਪੀ ਪੰਜਾਬ ਗੌਰਵ ਜਾਦਵ ਵੱਲੋਂ ਦਿੱਤੀ ਗਈ ਸੀਗੀ ਉਹਨਾਂ ਵੱਲੋਂ ਟਵੀਟ ਜਿਹੜਾ ਕਿ ਕੀਤਾ ਗਿਆ ਆ ਪੰਜਾਬ ਪੁਲਿਸ ਜੇ ਤੁਸੀਂ ਦੇਖ ਸਕਦੇ ਹੋ ਡੀਜੀਪੀ ਗੌਰਵ ਜਾਦਵ ਵੱਲੋਂ ਟਵੀਟ ਕੀਤਾ ਗਿਆ ਸੀਗਾ 25 ਤਰੀਕ ਦੀ ਗੱਲ ਹੈ ਜਦੋਂ ਟਵੀਟ ਕੀਤਾ ਕਿ ਲਿਖਿਆ ਗਿਆ ਪੰਜਾਬ ਪੁਲਿਸ ਕਰੈਕਸ ਡਾਊਨ ਔਨ ਡਿਸਟ੍ਰਿਬਿਊਟ ਏਜੰਟਸ ਸੇਲਿੰਗ SIM ਕਾਰਡ ਔਨ ਫੇਕ ਆਈਡਿਸ 1.8 ਲੱਖ SIM ਕਾਰਡਸ ਐਕਟੀਵੇਟ ਐਕਟਿਵਡ ਯੂਜ਼ਿੰਗ ਫੇਕ ਆਈਡੈਂਟਿਟੀਜ਼ ਹੈਵ ਬੀਨ ਸਕਸੈਫੁਲ ਬਲੌਕਡ ਇਨ ਪੰਜਾਬ ਸੋ ਡੀਜੀਪੀ ਪੰਜਾਬ ਸੋ ਡੀਜੀਪੀ ਪੰਜਾਬ ਵੱਲੋਂ ਇਹ ਸਾਰੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਜਿੰਨੇ ਵੀ ਲੋਕ ਦੱਸ ਦਿੱਤੀ ਕਿ ਪਰ ਬਹੁਤ ਵੱਡਾ ਅੰਕੜਾ ਹੈ 1.8 ਲੱਖ ਤੋਂ ਵੱਧ SIM ਕਾਰਡ ਜਿਹੜੇ ਕਿ ਬਲੌਕ ਕੀਤੇ ਗਏ ਨੇ ਕਿਉਂਕਿ ਕਿਉਂਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਵਾਸਤੇ ਸ਼ਰਾਰਤੀ ਜਿਹੜੇ ਅੰਸਰ ਆ ਉਹਨਾਂ ਨੂੰ ਨੱਥ ਪਾਉਣ ਵਾਸਤੇ ਜਾਂ ਜਿਹੜੇ ਲੋਕ ਕ੍ਰਾਈਮ ਕਰਕੇ ਭੱਜ ਜਾਂਦੇ ਸੀਗੇ ਉਹਨਾਂ ਨੂੰ ਟ੍ਰੇਸ ਕਰਨ ਦੇ ਵਿੱਚ ਜਿਹੜੀ ਕਿ ਕਾਫੀ ਮੁਸ਼ਕਲ ਆਂਦੀ ਸੀ ਪੁਲਿਸ ਵੱਲੋਂ ਪਰ ਮੁਸ਼ਕਲ ਆਂਦੀ ਸੀ ਕਿਉਂਕਿ ਪੁਲਿਸ ਨੇ ਉਹਨਾਂ ਨੂੰ ਕਾਬੂ ਕਰਨ ਵਾਸਤੇ ਜਿਹੜਾ ਕਿ ਜਦੋਂ ਵੀ ਕੋਈ ਵੀ ਦੱਸ ਦਈਏ ਕੋਈ ਵੀ ਸ਼ਰਾਰਤੀ ਅਨਸਰ ਜਦੋਂ ਵੀ ਘਟਨਾ ਨੂੰ ਅੰਜਾਮ ਦਿੰਦਾ ਸੀ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦਾ ਸੀ ਚਾਹੇ ਕੋਈ ਗੈਂਗਸਟਰਾਂ ਦੀ ਗੱਲ ਕਰੀਏ ਜਾਂ ਲੜਾਈ ਝਗੜਿਆਂ ਦੀ ਗੱਲ ਕਰੀਏ ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਾਈਮ ਹੁੰਦਾ ਸੀ ਕਿਉਂਕਿ ਜ਼ਿਆਦਾਤਰ ਦੇਖਿਆ ਜਾਂਦਾ ਸੀ ਕਿ ਚਾਹੇ ਗੈਂਗਸਟਰ ਹੋਣ ਚਾਹੇ ਹੋਰ ਹੋਣ ਉਹ ਜਾਲੀ ਮਤਲਬ ਦੂਸਰੇ ਦੇ ਨਾਮ ਤੇ ਜਾਲੀ ਦਸਤਾਵੇਜ਼ਾਂ ਤੇ SIM ਲੈਂਦੇ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਕਿ ਦੋਸ਼ੀ ਨੂੰ ਫੜਨਾ ਹੁੰਦਾ ਸੀਗਾ ਫੜਨ ਦੇ ਵਿੱਚ ਭਾਰੀ ਜਿਹੜੀ ਕਿ ਮੁਸ਼ਕਲ ਆਉਂਦੀ ਸੀ ਟ੍ਰੇਸ ਕਰਨ ਦੇ ਵਿੱਚ ਬੰਦਾ ਟ੍ਰੇਸ ਕਰਨ ਚ ਭਾਰੀ ਮੁਸ਼ਕਲ ਆਉਂਦੀ ਸੀ ਪਰ ਦੇਖਿਆ ਜਾਂਦਾ ਸੀ ਦੇ ਨਾਮ ਤੇ ਹੁੰਦਾ ਸੀਗਾ ਜਿਸ ਤੋਂ ਬਾਅਦ ਵੱਡਾ ਜਿਹੜਾ ਕਿ ਡੀਜੀਪੀ ਪੰਜਾਬ ਵੱਲੋਂ ਇਹ ਐਕਸ਼ਨ ਲਿਆ ਗਿਆ ਆ ਪੂਰੇ ਪੰਜਾਬ ਦੇ ਵਿੱਚ 1.8 ਲੱਖ ਤੋਂ ਵੱਧ SIM ਕਾਰਡ ਜਿਹੜੇ ਕਿ ਬਲੌਕ ਕੀਤੇ ਗਏ ਨੇ ਉਸ ਤੋਂ ਬਾਅਦ ਕਿਉਂਕਿ ਡੀਜੀਪੀ ਗੌਰਵ ਯਾਦ ਵੱਲੋਂ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਉਹ ਵਚਨਬੱਧ ਨੇ ਸੋ ਬਿਲਕੁਲ ਪੰਜਾਬ ਦੇ ਵਿੱਚ ਜਾਲੀ ਦਸਤਾਵੇਜ਼ ਨਾਲ ਜਾਰੀ ਕੀਤੇ 1.8 ਲੱਖ 1.8 ਲੱਖ ਤੋਂ ਵੱਧ ਜਿਹੜੇ ਕਿ SIM ਕਾਰਡ ਬਲੌਕ ਕੀਤੇ ਗਏ ਨੇ ਸੋ ਬਿਲਕੁਲ ਪੰਜਾਬ ਪੁਲਿਸ ਰੋਜ਼ਾਨਾ ਜੇ ਆਪਾਂ ਗੱਲ ਕਰੀਏ ਕਿਉਂਕਿ ਕ੍ਰਾਈਮ ਨੂੰ ਨੱਥ ਪਾਉਣ ਵਾਸਤੇ ਪੁਲਿਸ ਰੋਜ਼ਾਨਾ ਆਪਣੇ ਆਪਣੇ ਹਿਸਾਬ ਨਾਲ ਹਰੇਕ ਪਹਿਲੂ ਤੇ ਕੰਮ ਕਰਦੀ ਹੈ ਚਾਹੇ ਉਹ ਗੈਂਗਸਟਰ ਆ ਚਾਹੇ ਉਹ ਨਸ਼ਾ ਵਿਰੋਧੀ ਹੈ ਹਰੇਕ ਤਰ੍ਹਾਂ ਦੀਆਂ ਟੀਮਾਂ ਜੋ ਕਿ ਬਣੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਕਿਉਂਕਿ ਦੱਸ ਦਈਏ ਕਿ ਪੰਜਾਬ ਦੇ ਅੰਦਰੂਨੀ ਸੁਰੱਖਿਆ ਵਿੰਗ ਤੇ ਦੂਰ ਸੰਚਾਰ ਵਿਭਾਗ ਯਾਨੀ ਕਿ ਡੀਓਟੀ ਨੇ ਮਿਲ ਕੇ ਦੇ ਨਾਲ ਮਿਲ ਕੇ ਇਹ ਸਾਰਾ ਜਿਹੜਾ ਕਿ SIM ਕਾਰਡ ਨੂੰ ਬਲੌਕਡ ਜਿਹੜਾ ਕਿ ਕੀਤਾ ਗਿਆ ਆ ਸੋ ਅੱਗੇ ਵੀ ਇਹ ਕਾਰਵਾਈ ਇਸੇ ਤਰ੍ਹਾਂ ਚੱਲਦੀ ਰਹੇਗੀ ਕਿ ਪੰਜਾਬ ਦੇ ਕ੍ਰਾਈਮ ਜਿਹੜਾ ਕਿ ਕ੍ਰਾਈਮ ਆ ਉਹਨੂੰ ਕਿਵੇਂ ਨੱਥ ਪਾਈ ਜਾਵੇ ਕੋਈ ਵੀ ਸ਼ਰਾਰਤੀ ਅੰਦਰ ਕ੍ਰਾਈਮ ਕਰਦਾ ਉਸਨੂੰ ਕਿਵੇਂ ਰੋਕਿਆ ਜਾਵੇ ਜਿਸ ਕਰਕੇ ਇਹ ਵੱਡਾ ਜਿਹੜਾ ਕਿ SIM ਕਾਰਡ ਆ ਛੋਟਾ ਜਿਹਾ SIM ਆ ਪਰ ਲੋਕ ਕ੍ਰਾਈਮ ਕਰਕੇ ਬਹੁਤ ਦੂਰ ਤਰਾਡੇ ਭੱਜ ਜਾਂਦੇ ਸੀ ਜਿਸ ਕਰਕੇ ਫੜਨਾ ਬਹੁਤ ਔਖਾ ਹੋ ਜਾਂਦਾ ਸੀਗਾ ਕਿਉਂਕਿ ਹੁਣ ਵੱਡੀ ਗੱਲ ਆ ਆਨਦਰਾ ਦੇ ਡਿਸਟਰੀਬਿਊਟਰਾਂ ਦੇ ਉੱਪਰ ਐਕਸ਼ਨ ਲਿਆ ਗਿਆ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਦੇ ਉੱਪਰ ਮੁਕੱਦਮੇ ਦਰਜ ਕੀਤੇ ਗਏ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਕਿ ਦੁਬਾਰਾ ਕੋਈ ਦੁਕਾਨਦਾਰ ਏਦਾਂ ਦੀ ਗਲਤੀ ਕਰਦਾ ਕਿਸੇ ਨੂੰ ਜਾਲੀ ਐਡਰੈਸ ਦੇ ਉੱਪਰ ਸਿਮ ਦਿੰਦਾ ਜਾਲੀ ਡਾਕੂਮੈਂਟ ਦੇ ਉੱਪਰ ਸਿਮ ਦਿੰਦਾ ਜਾਂ ਨਹੀਂ ਤੇ ਉਹਨਾਂ ਦੇ ਉੱਪਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਡੀਜੀਪੀ ਸਾਹਿਬ ਨੇ ਜਿਵੇਂ ਕਿਹਾ ਕਿ ਕਾਰਵਾਈ ਹੁੰਦੀਆਂ ਹੀ ਰਹਿਣਗੀਆਂ ਜਿਹੜਾ ਵੀ ਕੋਈ ਸ਼ਰਾਰਤੀ ਅਨਸਰ ਗਲਤ ਚੀਜ਼ ਨੂੰ ਅੰਜਾਮ ਦਿੰਦਾ ਹੈ ਜਾਂ ਗਲਤ ਡਾਕੂਮੈਂਟ ਲਾ ਕੇ ਸਿਮ ਲਊਗਾ ਉਹਦੇ ਉੱਪਰ ਵੱਡੀ ਜਿਹੜੀ ਕਿ ਕਾਰਵਾਈ ਕੀਤੀ ਜਾ